ਆਪਰੇਸ਼ਨ ਬਲੂ ਸਟਾਰ ਦੀਆਂ ਫਾਈਲਾਂ ਜਨਤਕ ਕਰਵਾਉਣ ਦੀ ਮੰਗ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੀ ਗਈ ਹੈ ਤਾਂ ਦੂਜੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਪੰਥਕ ਆਗੂਆਂ ਵੱਲੋਂ ਬਿਆਨ CBI ਕੋਲ ਦਰਜ ਕਰਵਾਏ ਗਏ। CBI ਨੂੰ ਬਿਆਨ ਦਰਜ ਕਰਵਾਉਣ ਤੋਂ ਬਾਅਦ ਪੰਥਕ ਆਗੂਆਂ ਦਾ ਕਹਿਣਾ ਸੀ ਕਿ CBI ਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਦੀ ਕਾਰਵਾਈ ਸਹੀ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਉੱਚ ਅਧਿਕਾਰੀਆਂ ਤੱਕ ਪਹੁੰਚ ਬਣਾਉਣ ਤੋਂ ਬਾਅਦ ਹੀ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਨੇ। ਉਹਨਾਂ ਆਖਿਆ ਕਿ ਇਸ ਤੋਂ ਪਹਿਲਾਂ CBI ਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਵੱਲੋਂ ਪੰਥਕ ਆਗੂਆਂ ਨੂੰ ਛੱਡ ਕੇ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਸਨ ਜੋ ਕਿ ਸਰਾਸਰ ਗਲਤ ਸੀ। ਅਸੀਂ ਇੱਕ ਜੋਰਾ ਸਿੰਘ ਕਮਿਸ਼ਨ ਨੂੰ ਚਿੱਠੀ ਦਿੱਤੀ ਸੀ ਕਿ ਭਾਈ ਸਾਰਿਆਂ ਤੋਂ ਜਿਹੜੇ ਅਸੀਂ ਵਿੱਚ ਲੜਾਏ ਆ ਉਹਨਾਂ ਤੋਂ ਵੀ ਲਈ ਜਾਵੇ ਰਿਪੋਰਟ, ਅਤੇ ਇਹ ਰਿਪੋਰਟ ਸਾਨੂੰ ਜੇਲ੍ਹ ਵਿੱਚੋਂ ਵੀ ਸੰਮਨ ਕਰਕੇ ਲਈ ਜਾਵੇ, ਕਿਉਂਕਿ ਮੁੱਖ ਤਾਂ ਸਾਨੂੰ ਪਤਾ ਜਿਨ੍ਹਾਂ ਦੇ ਹੁਣ ਬਿਆਨ ਕੀਤੇ ਜਾ ਰਹੇ ਆ ਬਾਦਲ ਦਲੀਆਂ ਦੇ ਕੀਤੇ ਜਾ ਰਹੇ ਆ ਜਾਂ ਹੋਰ ਪੰਜਾਬ ਪੁਲਿਸ ਤੋਂ ਪੁੱਛਿਆ ਜਾ ਰਿਹਾ, ਉੱਥੋਂ ਤਾਂ ਇਨਸਾਫ਼ ਮਿਲਣਾ ਹੀ ਨਹੀਂ। ਜੇ ਇਹਨਾਂ ਕੋਲ ਇਨਸਾਫ਼ ਦੇਣ ਦੀ ਗੱਲ ਹੁੰਦੀ ਤਾਂ ਅੱਜ ਨੂੰ ਕਦੋਂ ਦਾ ਇਨਸਾਫ਼ ਮਿਲਦਾ? ਜਿਹੜੀ ਮੂਵਮੈਂਟ ਹੈ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀਗੀ ਜਾਂ ਇਹ ਸਾਰਾ ਕੁਛ ਹੋਇਆ ਸੀ, ਇਹ ਗਿਣੀਮਿਤੀ ਸਾਜ਼ਿਸ਼ ਦੇ ਰਾਹੀਂ ਸਾਰਾ ਕੁਛ ਹੋ ਰਿਹਾ। ਇਸ ਸੰਬੰਧੀ CBI ਨੂੰ ਅਸੀਂ ਇੱਕ ਸੁਰਜੀਤ ਸਿੰਘ ਰਾਈਆਂ ਵਾਲੇ ਨੇ ਜੇਲ੍ਹ ਵਿੱਚ ਹੁੰਦਿਆਂ ਇੱਕ ਪਲੰਦਾ ਦਿੱਤਾ ਸੀ A to Z ਤੱਕ, ਪਰ ਸਾਨੂੰ CBI ਨੇ ਇਹਨਾਂ ਤੱਕ ਇੰਨੇ ਚਿਰ ਦੀ ਲੱਗੀ ਆ, ਨਾ ਜੋਰਾ ਸਿੰਘ ਕਮਿਸ਼ਨ ਨੇ ਪੁੱਛਿਆ ਹੀ ਨਹੀਂ। ਅਸੀਂ ਸਮਾਂ ਆਪ ਆਏ ਹਾਂ ਅਤੇ ਉਦੋਂ ਬਸ ਜਦੋਂ ਆਪ ਆਏ ਤਾਂ ਫਿਰ ਇਹਨਾਂ ਨੇ ਸਾਨੂੰ ਇੱਕ ਪਰਸੋਂ ਚੌਥੇ ਕਾਲ ਜਿੱਦੇ ਦੇ ਸਰਦਾਰ ਸਿਮਰਜੀਤ ਸਿੰਘ ਮਾਨ ਆ ਇੱਕ ਕਾਲ ਕੀਤੀ ਸੀ ਵੀ ਤੁਸੀਂ 10 ਵਜੇ ਪਹੁੰਚੋ, ਸੁਰਜੀਤ ਸਿੰਘ ਬਿਆਨ ਆ ਤੁਹਾਡੇ, ਅਤੇ ਉਹਨਾਂ ਦੇ ਬਿਆਨ ਲੈਂਦੇ ਰਹੇ ਜਿਨ੍ਹਾਂ ਨੇ ਸਾਰਾ ਕੁਛ ਕੀਤਾ। ਇਸ ਸੰਬੰਧੀ ਅਸੀਂ ਨਾ ਇੱਕ ਸ਼ਿਕਾਇਤ CBI ਦੇ DGP ਨੂੰ ਕਰ ਦਿੱਤੀ ਸੀ ਕਿ ਇਹ ਭਾਈ ਸਾਡੀ ਸੁਣਵਾਈ ਨਹੀਂ ਹੋ ਰਹੀ, ਇਹਦੀ ਜਾਂਚ ਨਿਰਪੱਖ ਨਹੀਂ ਹੋ ਰਹੀ। ਅਸੀਂ ਉਸ ਦਿਨ ਪ੍ਰੈੱਸ ਨੂੰ ਵੀ ਦੱਸ ਦਿੱਤਾ, ਪ੍ਰੈੱਸ ਨੇ ਬਹੁਤ ਸੋਹਣਾ ਲਿਖਿਆ।